ਇਹ ਤਰੀਕ 27/10/19 ਨੂੰ ਕਰੀਬ 12:15 ਦਾ ਟਾਈਮ ਹੋਊਗਾ। ਇੱਕ ਹਕੀਕਤ ਸਿੰਘ ਫੌਜੀ ਜੋ ਕਿ ਆਪਣੀ ਭੈਣ ਨੂੰ ਮਿਲ ਕੇ ਵਾਪਸ ਆਪਣੇ ਪਿੰਡ ਚੇਤਾ ਆ ਰਿਹਾ ਸੀਗਾ ਅਤੇ ਰਾਹ ਦੇ ਵਿੱਚ ਚੇਚੀਆਂ ਛੋੜੀਆਂ ਤੋਂ ਗੁੱਲੀਲੜਾ ਦੇ ਵਿਚਕਾਰ ਤਿੰਨ ਨੌਜਵਾਨ ਜੋ ਕਿ ਮੋਪੜ 'ਤੇ ਸਵਾਰ ਸੀ ਉਹਨਾਂ ਨੇ ਆ ਕੇ ਇਹਨਾਂ ਨੂੰ ਘੇਰ ਲਿਆ ਅਤੇ ਪਿਸਤੌਲ ਦੀ ਨੋਕ 'ਤੇ ਇਹਨਾਂ ਤੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਜਿਹੜਾ ਹਕੀਕਤ ਸਿੰਘ ਆ ਫੌਜੀ ਉਹਨੇ ਆਪਣਾ ਪਰਸ ਕੱਢ ਕੇ ਇਹਨੂੰ ਦੇ ਦਿੱਤਾ। ਪਰ ਜਦੋਂ ਉਹਨੇ ਉਹਦੀ ਵਾਈਫ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਥੋੜ੍ਹੀ ਜਿਹੀ ਦਲੇਰੀ ਦਿਖਾਈ ਤਾਂ ਉਹਨਾਂ ਨੇ ਪਿਸਤੌਲ ਨੂੰ ਜੱਫਾ ਪਾ ਲਿਆ ਹਕੀਕਤ ਸਿੰਘ ਨੇ, ਅਤੇ ਜਿਹੜਾ ਉਹਦਾ ਦੂਸਰਾ ਸਾਥੀ ਸੀਗਾ ਉਸਨੇ ਉਹਦੇ ਤੋਂ ਪਿਸਤੌਲ ਖੋਹ ਕੇ ਅਤੇ ਹਕੀਕਤ 'ਤੇ ਗੋਲੀਆਂ ਚਲਾ ਦਿੱਤੀਆਂ ਜਿਹੜੀਆਂ ਕਿ ਤਿੰਨ ਗੋਲੀਆਂ ਉਹਦੇ ਪੇਟ ਦੋ ਪੇਟ 'ਚ ਇੱਕ ਸੀਨੇ 'ਚ ਅਤੇ ਇੱਕ ਉਹਦੀ ਅੰਗੂਠੇ 'ਤੇ ਲੱਗੀ, ਚਾਰ ਗੋਲੀਆਂ ਲੱਗੀਆਂ। ਇਹਦਾ ਹਾਲੇ ਨਹੀਂ ਪਤਾ ਲੱਗਾ, ਲਾਇਸੈਂਸ ਵੀ ਨਹੀਂ ਸੀਗਾ ਵੈਸੇ ਇਹਨਾਂ ਨੇ ਕੀਤੇ ਜੀ, ਪਹਿਲਾਂ ਵੀ ਵਾਰਦਾਤਾਂ ਕੀਤੀਆਂ ਵਾ ਇਹਦੇ। ਇੱਕ ਤਾਂ ਤਿੰਨ ਮੁਕੱਦਮੇ ਦਰਜ ਨੇ ਜਿਹੜਾ ਕੁਲਵਿੰਦਰ ਸਿੰਘ ਆ, ਗੁਰਪ੍ਰੀਤ ਸਿੰਘ 'ਤੇ ਇੱਕ ਹੈ ਅਤੇ ਸੱਚਪ੍ਰੀਤ 'ਤੇ ਇੱਕ ਮੁਕੱਦਮਾ ਦਰਜ। ਇਹ ਜੀ ਆਪਾਂ ਉਸ ਤੋਂ ਬਾਅਦ ਜਦੋਂ ਵਾਰਦਾਤ ਹੋਈ ਹੈ ਅਤੇ ਇੱਕਦਮ ਹਰਕਤ 'ਚ ਆਈ ਜਦੋਂ ਪੁਲਿਸ ਅਤੇ ਚਾਰ ਔਫਿਸਰ ਦੀ ਟੀਮ ਗਠਿਤ ਕੀਤੀ ਗਈ ਜਿਹਦੇ ਵਿੱਚ ਡੀ ਐੱਸ ਪੀ ਵਿਪਿਨ ਕੁਮਾਰ ਕੰਟਰੋਲ ਰੂਮ, ਡੀ ਐੱਸ ਪੀ ਆਪਣੇ ਸੀਗੇ ਸੁਖਪਾਲ ਸਿੰਘ, ਸਿਟੀ ਐੱਸ ਐੱਚ ਓ ਕੁਲਵਿੰਦਰ ਸਿੰਘ ਅਤੇ ਸੀ ਆਈ ਇੰਚਾਰਜ ਕਮਲ ਕਿਸ਼ੋਰ ਜਿਹੜੇ ਸੀਗੇ ਕਪਿਲ ਕਿਸ਼ੋਰ। ਇਹ ਸੀ ਸੀ ਟੀ ਵੀ ਸਾਇੰਟੀਫਿਕ ਇਨਵੈਸਟੀਗੇਸ਼ਨ ਕੀਤੀ ਹੈ, ਉਹਦੇ ਵਿੱਚ ਸਾਰੇ ਹੀ ਆਉਂਦਾ ਜਾਂ ਸੀ ਸੀ ਟੀ ਵੀ ਵੀ ਸਭ ਫੁਟੇਜ ਵਗੈਰਾ ਜਿੰਨਾ ਲੈ ਕੇ ਫਿਰ ਕੀਤਾ ਗਿਆ ਜੀ। ਇਹਨਾਂ ਨੂੰ 28 ਤਰੀਕ ਨੂੰ ਸਵੇਰੇ ਨਾਕਾ ਲਾਇਆ ਗਿਆ ਸੀਗਾ ਦਾਊਵਾਲ ਤੁੱਸੀ 'ਤੇ, ਅਤੇ ਉੱਥੇ ਇਹ ਆਪਣੀ ਮੋਪੜ 'ਤੇ ਆ ਰਹੇ ਸੀ ਜਿੱਥੋਂ ਉਹਨਾਂ ਨੂੰ ਕਾਬੂ ਕਰ ਲਿਆ। ਅਤੇ ਇਹਨਾਂ ਨੂੰ ਫੌਜੀ ਦੀ ਹਾਲਤ ਥੋੜ੍ਹੀ ਸਥਿਰ ਹੈ ਅਤੇ ਹਲੇ ਗੋਲੀਆਂ ਉਹਦੇ ਅੰਦਰ ਹੀ ਨੇ, ਇਲਾਜ ਚੱਲ ਰਿਹਾ। ਇਹ ਹੈਗੀ ਜੀ ਸਾਡੀ 27 ਤਰੀਕ ਦਿਵਾਲੀ ਵਾਲੇ ਦਿਨ ਦੀ ਗੱਲਬਾਤ। ਇਹ ਹੈ ਕਿ ਮੁੰਡਾ ਆਪਣੀ ਸਿਸਟਰ ਕੋਲ ਗਿਆ 26 ਤਰੀਕ ਔਰ 27 ਤਰੀਕ ਉਹ ਉੱਥੋਂ ਵਾਪਸ ਆ ਰਿਹਾ, 11:30 ਵਜੇ ਜਿਹੜਾ ਉਹਨੂੰ ਘੇਰ ਲਿਆ ਗਿਆ ਉੱਥੇ, ਉਹਦਾ ਪਰਸ ਜਿਹੜਾ ਉਹ ਲੈ ਲਿਆ ਜਿਹੜੇ ਲਾੜੀ ਦੇ ਪਰਸ ਨੂੰ ਪੇ ਨੇ, ਅਤੇ ਫਿਰ ਇਹਦਾ ਘੋਲ ਭਲੂੰਗਾ ਹੋ ਗਿਆ। ਫਿਰ ਉਹਨਾਂ ਫਾਇਰ ਕੀਤਾ, 4 ਗੋਲੀਆਂ ਇਹਦੇ 'ਤੇ ਫਾਇਰ ਕੀਤਾ, 1 ਲਾੜੀ 'ਤੇ ਕੀਤਾ, ਲਾੜੀ ਦੇ ਗੋਲੀ ਲੱਗੀ ਨਹੀਂ ਅਤੇ ਬਾਕੀ ਫਿਰ ਉਹ 4 ਲੱਗੀ ਦੀਆਂ ਮੁੰਡੇ ਦੇ, 5ਵੀਂ ਲੱਗੀ ਲਾੜੀ ਦੇ ਮਾਰੀ ਉਹਨਾਂ ਦੇ, ਲਾੜੀ ਨੀਂਦੀ ਹੋ ਗਈ। ਅਤੇ ਉਹ ਅਸੀਂ ਤਾਂ ਇਹੋ ਜਾਣਦੇ ਹਾਂ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮੇਰਾ ਨਾਮ ਏਕਤਾ ਮਨਾਸ ਹੈ। ਕੀ ਬਾਤ ਹੈ ਜੀ? ਮੇਰੇ ਪਾਪਾ ਆਰਮੀ ਮੈਂ 11 ਡੋਗਰਾ ਮੈਂ ਹੈ, ਹਵਾਲਦਾਰ ਹਕੀਕਤ ਸਿੰਘ। ਹਮ ਦਿਵਾਲੀ ਵਾਲੇ ਦਿਨ ਬੂਜੀ ਕੇ ਘਰ ਸੇ ਵਾਪਿਸ ਆ ਰਹੇ ਥੇ, ਤੋ ਹਮ ਪਹਿਲੇ ਥ੍ਰੀ ਆਦਮੀ ਥੇ, ਵੋ ਨਾ ਬਾਈਕ ਪੇ ਆਏ, ਵੋ ਆਗੇ ਬਿਆਮਪੁਰ ਸੇ ਪਿੱਛੇ ਕੋ ਗਏ, ਫਿਰ ਪਿੱਛੇ ਸੇ ਵਾਪਿਸ ਆਏ ਔਰ ਉਹਨੇ ਹਮੇਂ ਬਹਾਨਾ ਲਗਾਇਆ ਕਿ ਆਪ ਪਿੱਛੇ ਕਿਸ ਕੋ ਸਾਈਡ ਲਗਾ ਕੇ ਆਏ ਹੋ, ਤੋ ਹਮਨੇ ਬੋਲਾ, ਹਮਨੇ ਬਾਈਕ ਰੋਕੀ, ਹਮਨੇ ਬੋਲਾ ਕਿ ਹਮਨੇ ਕਿਸੀ ਕੋ ਸਾਈਡ ਨਹੀਂ ਮਾਰੀ। ਹਮਨੇ ਵੋ ਲੰਬਾ ਸਾ ਆਦਮੀ ਥਾ, ਉਸਨੇ ਬੋਲਾ ਕਿ ਆਪ ਗੋਲੀ ਨਿਕਾਲੋ, ਗੋਲੀ ਨਿਕਾਲੋ। ਤੋ ਪਾਪਾ ਨੇ ਬੋਲਾ ਕਿ ਆਪਕੋ ਜਿੱਤੇ ਪੈਸੇ ਚਾਹੀਏ, ਆਪ ਮੇਰੇ ਸੇ ਲੈ ਲੋ। ਪਾਪਾ ਨੇ ਜਿਤਨੇ ਵੀ ਪੈਸੇ ਥੇ ਵੋ ਦੇ ਦੀਏ, ਫਿਰ ਵੋ ਆਦਮੀ ਪਾਪਾ ਮੰਮਾ ਕੇ ਪਰਸ ਕੇ ਸਾਥ ਲਗਾ ਔਰ ਪਾਪਾ ਨੇ ਬੋਲਾ ਕਿ ਪਾਪਾ ਨੇ ਬੋਲਾ ਕਿ ਹਮਨੇ ਆਪਕੋ ਪੈਸੇ ਦੇ ਦੀਏ, ਅਬ ਕਿਆ ਲੈ ਰਹੇ ਹੋ। ਤੋ ਪਾਪਾ ਨੇ ਉਹਨਾਂ ਨੇ ਨਾ ਜ਼ਬਰਦਸਤੀ ਮੰਮਾ ਕਾ ਪਰਸ ਪਕੜਨੇ ਲਗੇ, ਤੋ ਮੰਮਾ ਨੇ ਦੀਆ ਨਹੀਂ। ਫਿਰ ਉਹਨਾਂ ਨੇ 3 ਗੋਲੀਆਂ ਲਗਾਈ ਔਰ ਵਾਪਿਸ ਭਾਗ ਗਏ ਔਰ ਕੁਛ ਹੀ ਦੇਰ ਮੇਂ ਇੱਕ ਦੋ ਆਦਮੀ ਆਏ ਬਾਈਕ ਪੇ, ਉਸਮੇ ਇੱਕ ਆਦਮੀ ਕੋ ਨੀਚੇ ਉਤਾਰਾ ਔਰ
और पापा को ले गए वहाँ से, फिर धीरे धीरे हॉस्पिटल ले गए से। उधर थोड़ी सी आगे जाके पेट्रोल पंप में ना वो तेल भरवा रहे थे ना, तो सीसीटीवी फोटेज में उनकी फोटो आ गई थी, तो बाद में पुलिस ने उधर जाके वो फोटोज देख ली। मम्मा ने भी पहचान लिया था और हमने भी पहचान लिया था सबने।